ਪੰਜਾਬ ਸਾਹਿਬ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਗੁਰਿੰਦਰ ਸਿੰਘ ਗਰੇਵਾਲ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਫਿਰ ਤੋਂ ਪਹੁੰਚੇ ਨੇ ਸਿਮਰਤ ਸਿੰਘ ਗਰੇਵਾਲ। ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਲਈ ਅਪਡੇਟ ਲੈ ਕੇ ਆਏ ਹਾਂ ਇੰਡੀਆ ਦੇ ਲੋਕਡਾਊਨ ਦੇ ਉੱਪਰ। ਇੰਡੀਆ ਦੀ ਲੋਕਡਾਊਨ ਬਾਰੇ ਸਿਮਰਤ ਜੀ ਦੱਸੋ ਕੀ ਹੋ ਰਿਹਾ? ਅੱਜ ਦੀ ਜਿਹੜੀ ਤਾਜ਼ਾ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਜਿਹੜਾ ਇੰਡੀਆ ਨੂੰ 21 ਦਿਨ ਦੇ ਲਈ ਲਾਕਡਾਊਨ ਕਰਤਾ ਹੈ। ਬਾਕੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਸੀ, ਜਿਹੜੇ ਸੂਬੇ ਸੀ, ਉਹਨਾਂ 'ਚ ਕਰਫਿਊ ਲੱਗਾ ਹੋਇਆ ਸੀ। ਠੀਕ ਹੈ, ਪਰ ਹੁਣ ਉਹ ਕਹਿ ਰਹੇ ਨੇ ਵੀ ਇਸ ਨੂੰ ਜਿਹੜੀ ਸਥਿਤੀ ਹੋਰ ਗੰਭੀਰ ਨਾ ਹੋਵੇ, ਇਸ ਨੂੰ ਕੰਟਰੋਲ 'ਚ ਕਰਨ ਲਈ 21 ਦਿਨ ਦਾ ਜਿਹੜਾ ਇੰਡੀਆ ਲਾਕਡਾਊਨ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਵੱਲੋਂ। ਪਰ ਇਹਦੇ ਵਿੱਚ ਇੱਕ ਹੋਰ ਚੀਜ਼ ਇਹ ਦੇਖਣ ਵਾਲੀ ਸਾਹਮਣੇ ਆਈ, ਜਿਹੜੇ 'ਤੇ ਆਪਾਂ ਥੋੜ੍ਹੀ ਗੱਲ ਕਰਨੀ ਬਣਦੀ ਹੈ, ਜਿੰਨੇ ਵੀ ਦੇਸ਼ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਇਹ ਕੀਤਾ, ਤਕਰੀਬਨ ਕਿਹਾ ਜਾ ਰਿਹਾ ਵੀ 50 ਦੇਸ਼ ਨੇ, 50-55 ਦੇਸ਼ ਜਿਨ੍ਹਾਂ ਨੇ ਲਾਕਡਾਊਨ ਨੂੰ ਆਲਰੇਡੀ ਐਲਾਨ ਕਰ ਦਿੱਤਾ। ਠੀਕ ਹੈ, ਅਤੇ ਉਹਨਾਂ ਨੇ ਬਹੁਤੇ ਜਿਹੜੇ ਡਿਵੈਲਪ ਕੰਟਰੀ, ਉਹਨਾਂ ਨੇ ਕਿਸੇ ਹਰੇਕ ਦੇਸ਼ ਨੇ ਕੋਈ ਨਾ ਕੋਈ ਜਿਹੜਾ ਆਰਥਿਕ ਪੈਕੇਜ ਦਿੱਤਾ ਆਪਣੇ ਲੋਕਾਂ ਨੂੰ ਰਾਹਤ ਦੇਣ ਲਈ। ਠੀਕ ਹੈ, ਇੰਡੀਆ ਦੀ ਹੁਣ ਇਹ ਜਿਹੜੀ ਨੁਕਤਾਚੀਨੀ ਹੋ ਰਹੀ ਆ ਵੀ ਇਹਨਾਂ ਨੇ ਲਾਕਡਾਊਨ ਤਾਂ ਜ਼ਰੂਰ ਕੀਤਾ, ਪਰ ਅਜੇ ਤੱਕ ਕੋਈ ਆਰਥਿਕ ਪੈਕੇਜ ਆਪਣੇ ਲੋਕਾਂ ਦੀ ਰਾਹਤ ਲਈ ਕੋਈ ਇਸ਼ੂ ਨਹੀਂ ਕੀਤਾ। ਸੋ ਸਿੰਪਲ ਟਰਮਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇੰਡੀਆ ਦੇ ਵਿੱਚ ਬਹੁਤ ਪਾਪੂਲੇਸ਼ਨ ਆ, ਕਲੋਜ਼ ਟੂ 50% ਆਫ ਦਾ ਪਾਪੂਲੇਸ਼ਨ ਜਿਹੜੇ ਕਿ ਸਵੇਰੇ ਕੰਮ 'ਤੇ ਜਾਂਦੇ ਨੇ, ਹਾਂਜੀ, ਅਤੇ ਸ਼ਾਮ ਨੂੰ ਖਾਣਾ ਖਾਂਦੇ ਨੇ, ਬਿਲਕੁਲ, ਅਤੇ ਅਗਲੇ ਦਿਨ ਦੇ ਲਈ ਫਿਰ ਤੋਂ ਦਿਹਾੜੀ ਲਾਉਂਦੇ ਨੇ, ਤਾਂ ਫਿਰ ਤੋਂ ਉਹ ਪੈਸੇ ਕਮਾ ਕੇ ਲੈ ਕੇ ਆਉਂਦੇ ਨੇ, ਹਾਂਜੀ, ਸ਼ਾਮ ਨੂੰ ਖਾਣਾ ਖਾਂਦੇ ਨੇ। ਉਹ ਲੋਕ ਜਦੋਂ ਕੰਮ 'ਤੇ ਨਹੀਂ ਜਾ ਸਕਣਗੇ, ਉਹਨਾਂ ਲਈ ਗਵਰਨਮੈਂਟ ਨੇ, ਤੁਸੀਂ ਕਿਆ ਦੱਸ ਰਹੇ ਹੋ ਕਿ ਉਹਨਾਂ ਨੂੰ ਗਵਰਨਮੈਂਟ ਨੇ ਕੋਈ ਪੈਸਾ, ਕੋਈ ਪਲਾਨ ਨਹੀਂ ਹੈਗਾ ਗਵਰਨਮੈਂਟ ਦੇ ਕੋਲ ਇਸ ਲਈ। ਅਤੇ ਇਹਦੇ ਬਾਰੇ ਕੀ ਇੰਡੀਆ ਦੇ ਵਿੱਚ ਕੋਈ ਗੱਲਬਾਤ ਚੱਲ ਰਹੀ ਹੈ? ਬਿਲਕੁਲ ਜੀ, ਇਹ ਤਾਂ ਸਿੱਧੀ ਗੱਲ ਹੈ, ਜਿਹੜੀ ਓਪੋਜੀਸ਼ਨ ਹੁੰਦੀ ਹੈ ਉਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ ਵੀ ਜਿਹੜੀ ਵੀ ਸਰਕਾਰ ਵੱਲੋਂ ਕੋਈ ਗੱਲ ਹੋਣੀ ਉਹਦੀ ਨੁਕਤਾਚੀਨੀ ਕਰਨੀ। ਪਰ ਇਸ ਚੀਜ਼ ਦਾ ਜਿਹੜਾ ਆਮ ਲੋਕਾਂ ਦੇ ਵਿੱਚ ਜਿਹੜਾ ਪੱਤਰਕਾਰ ਭਾਈਚਾਰਾ ਜਾਂ ਜਿਹੜੇ ਬੁੱਧੀਜੀਵੀ ਨੇ ਉਹ ਕਾਫੀ ਇਹਦੀ ਆਲੋਚਨਾ ਕਰ ਰਹੇ ਨੇ ਵੀ ਜੇ ਪ੍ਰਧਾਨ ਮੰਤਰੀ ਨੇ ਲਾਕਡਾਊਨ ਕਰਨਾ ਸੀਗਾ ਤਾਂ ਇਹਦੇ ਲਈ ਆਮ ਲੋਕਾਂ ਦੇ ਜਿਨ੍ਹਾਂ ਨੇ ਰੋਜ਼ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਰੋਜ਼ ਖੂਹ ਪੱਟਣਾ ਅਤੇ ਪਾਣੀ ਪੀਣਾ ਵਾਲੀ ਗੱਲ ਹੈ, ਉਹਨਾਂ ਦੇ ਲਈ ਸਰਕਾਰ ਨੇ ਕੋਈ ਕਿਉਂ ਨਹੀਂ ਆਰਥਿਕ ਪੈਕੇਜ ਦਿੱਤਾ? ਜੇ ਹੋਰ ਬਹੁਤ ਸਾਰੇ ਦੇਸ਼ ਨੇ, ਕਿਉਂ ਜੇ ਇੰਡੀਆ ਇਹ ਕਹਿ ਰਿਹਾ ਵੀ ਇਹ ਬਹੁਤ ਵੱਡੀ ਜਿਹੜੀ ਆਰਥਿਕਤਾ ਹੈ ਦੁਨੀਆ ਦੇ ਵਿੱਚ, ਅਤੇ ਉਸਨੇ ਆਪਣੇ ਲੋਕਾਂ ਦੇ ਲਈ ਕੋਈ ਆਰਥਿਕ ਪੈਕੇਜ ਕਿਉਂ ਨਹੀਂ ਦਿੱਤਾ? ਸੋ ਬੋਟਮ ਲਾਈਨ ਜਿੱਦਾਂ ਅਸੀਂ ਗੱਲ ਕਰਦੇ ਹਟੇ ਹਾਂ, ਚਾਹੇ ਚਾਹ ਦੀ ਕੋਈ ਰੇਹੜੀ ਲਗਾ ਰਿਹਾ ਸੀਗਾ, ਚਾਹੇ ਚਾਹ ਵਾਲੇ ਨੂੰ ਕੋਈ ਪੈਕੇਜ ਨਹੀਂ ਮਿਲਿਆ, ਬਿਲਕੁਲ, ਅਤੇ ਚਾਹੇ ਕੋਈ ਦਿਹਾੜੀ ਕਰ ਰਿਹਾ ਵਿਚਾਰਾ, ਕੋਠੀ ਬਣਾ ਰਿਹਾ ਕਿਸੇ ਦੀ, ਹਾਂਜੀ, ਉਹਦੇ ਲਈ ਕੋਈ ਪੈਕੇਜ ਨਹੀਂ ਹੈਗਾ। ਐਂਡ ਦਿਸ ਇਜ਼ ਸੈਡ, ਕਿਉਂਕਿ ਅਗੇਨ ਉਹ ਜਿਹੜੀ ਪਾਪੂਲੇਸ਼ਨ ਆ ਉਹਨਾਂ ਨੇ ਗਵਰਨਮੈਂਟਸ ਬਣਾ ਕੇ, ਪ੍ਰਾਈਮ ਮਿਨਿਸਟਰ ਬਣਾ ਕੇ ਬਿਠਾਏ ਨੇ ਇੰਡੀਆ ਦੇ ਵਿੱਚ, ਅਤੇ ਉਹ ਲੋਕਾਂ ਲਈ ਕੋਈ ਹੈਲਪ ਨਹੀਂ ਹੈ ਅੱਜ। ਬਿਲਕੁਲ ਜੀ, ਅਲਟੀਮੇਟਲੀ ਜਿਹੜੇ ਲੋਕ ਨੇ ਉਹਨਾਂ ਨੇ ਸਰਕਾਰ ਵੱਲ ਹੀ ਦੇਖਣਾ ਹੁੰਦਾ, ਕਿਉਂਕਿ ਸਰਕਾਰ ਨੂੰ ਆਪਾਂ ਵੋਟ ਪਾ ਕੇ ਜਿਤਾਉਂਦੇ ਹਾਂ, ਸਰਕਾਰ ਆਪਣੇ ਤੋਂ ਟੈਕਸ ਲੈਂਦੀ ਆ, ਭਾਵੇਂ ਕਿ ਉੱਥੇ ਟੈਕਸ ਜਿਹੜਾ ਪਲੈਨਿੰਗ ਉਹ ਕਿਸ ਤਰ੍ਹਾਂ ਹੁੰਦੀ ਹੈ, ਡਿਫਰੈਂਟ ਮੁੱਦਾ ਹੈ, ਪਰ ਫਿਰ ਵੀ ਜਿਹੜੇ ਲੋਕ ਨੇ ਜਦੋਂ ਇਸ ਤਰ੍ਹਾਂ ਦੀ ਕੋਈ ਪੈਂਡੈਮਿਕ ਆਉਂਦਾ ਜਾਂ ਇਸ ਤਰ੍ਹਾਂ ਦੀ ਕੋਈ ਐਮਰਜੈਂਸੀ ਹੁੰਦੀ ਹੈ, ਸਰਕਾਰ ਜਿਹੜੀ ਆ ਉਹ ਲੋਕ ਜਿਹੜੇ ਨੇ ਸਰਕਾਰ ਵੱਲ ਦੇਖਦੇ ਨੇ। ਪਰ ਹੁਣ ਜਦ ਸਰਕਾਰ ਨੇ ਆਮ ਲੋਕਾਂ ਦੇ ਲਈ ਕੋਈ ਇਸ ਤਰ੍ਹਾਂ ਦੀ ਕੋਈ ਨਹੀਂ ਪੈਕੇਜ ਦਿੱਤਾ, ਤਾਂ ਲੋਕ ਕਿੱਥੇ ਜਾਣਗੇ? ਇਸ ਲਈ ਜਿਹੜੀ ਮੋਦੀ ਸਰਕਾਰ ਹੈ ਜਾਂ ਜਿਹੜੀ ਹੁਣ ਦੀ ਇੰਡੀਆ ਦੀ ਸਰਕਾਰ ਹੈ, ਉਹਦੀ ਕਾਫੀ ਨੁਕਤਾਚੀਨੀ ਹੋ ਰਹੀ ਹੈ ਇਸ ਬਾਰੇ ਵੀ ਕੋਈ ਨਾ ਕੋਈ ਜਿਹੜਾ ਆਰਥਿਕ ਪੈਕੇਜ ਜ਼ਰੂਰ ਦੇਣਾ ਚਾਹੀਦਾ ਸੀ। ਜੇਕਰ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੋਵੇ ਜਿਹੜੀ ਅਸੀਂ ਗੱਲਬਾਤ ਕੀਤੀ ਹੈ, ਤਾਂ ਤੁਸੀਂ ਸਾਨੂੰ ਪੰਜਾਬ ਸਟਾਰ ਟੀਵੀ 'ਤੇ ਕੰਟੈਕਟ ਕਰਕੇ ਦੱਸ ਸਕਦੇ ਹੋ, ਅਤੇ ਅਸੀਂ ਨੈਕਸਟ ਅਪਡੇਟ ਦੇ ਵਿੱਚ ਤੁਹਾਨੂੰ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੇ। ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ।